ਤੇ ਤੂੰ ਕਹਿੰਦਾ ਕਰਨੇ ਹੋਣਾ ਉਹਨਾਂ ਨੂੰ ਗੱਡੀ ਤੋਂ ਉਤਰਦੇ ਹੂੰ ਵੀ ਤੂੰ ਕੱਲਾ ਆ ਜਾ ਅੱਛਾ ਮੈਂ ਕਿਹਾ ਭਾਈ ਇਹ ਬੰਦੇ ਨਹੀਂ ਗੱਡੀ ਚ ਉਤਣਗੇ ਤੂੰ ਸਾਡੀ ਗੱਡੀ ਚ ਬਹਿਣਾ ਆ ਜਾ ਪਤਾ ਨਹੀਂ ਸਿੱਧੂ ਬਾਈ ਨੂੰ ਲੱਗਿਆ ਹੋਣਾ ਕਿ ਲੈ ਇੱਕ ਮੈਂ ਹੀ ਨਸੀਬ ਦਾ ਸਾਰਾ ਕੁਝ ਕਰ ਸਕਦਾ ਤੇ ਮੈਂ ਫੋਨ ਖੋਲਿਆ ਮੈਂ ਕਿਹਾ ਹਾਂਜੀ ਭਾਈ ਆਪਣਾ ਕੰਟਰੈਕਟ ਮਿਲ ਗਿਆ ਮੈਨੂੰ ਕਹਿੰਦਾ ਆਪਣਾ ਨਹੀਂ ਤੇਰਾ ਵਾ ਮੈਂ ਕਿਹਾ ਭਾਈ ਜੇ ਮੇਰਾ ਮੈਂ ਫਿਰ ਸਾਈ ਨਹੀਂ ਕਰਨਾ ਮੈਂ ਕਹਿ ਕੇ ਫੋਨ ਕੱਟਦਾ ਜਸਟਿਸ ਫॉर ਸਿੱਧੂ ਬੁੱਸੇ ਵਾਲਾ ਅੰਦਰਸਟਿਸ ਅਰੈਸਟ ਇਨ ਪੀਸ ਲੱਕ ਉਹ ਬੰਦਾ ਲੈਜੈਂਡ ਸੀਗਾ ਗੱਲ ਰੋਂਤੇ ਵਾਲਾ ਬਾਈ ਕੋਲੋਂ ਦੀ ਨਿਕਲਿਆ ਹੋਰ ਦੋ ਤਨ ਵੱਡੇ ਦਿੱਗੇ ਜਨਿਕਲੇ ਹਨ ਕੋਲੋਂ ਦੀ ਉਹਨਾਂ ਨੇ ਪਛਾਣਿਆ ਨਹੀਂ ਮੈਨੂੰ ਰਾਈਟ ਹੈਂਡ ਸਾਈਡ ਤੇ ਸਿੱਧੂ ਬੈਠਾ ਸਿੱਧੂ ਨੇ ਮੈਨਾਂ ਅੱਖ ਚੱਕ ਪਾਈ ਤੇ ਪੂਰੇ ਕਮਰੇ ਚ ਕੱਲਾ ਸਿੱਧੂ ਨੇ ਮੈਨੂੰ ਪਛਾਣਿਆ ਤੇ ਫੇਰ ਸਾਰੇ ਆਗੇ ਫੇਰ ਸਾਰੇ ਆਗੇ ਉਹ ਪ੍ਰਾਤ ਤੇਰੇ ਗਾਣੇ ਸੁਣਿਆ ਹਾਂ ਸਿੱਧੂ ਦੱਸਦਾ ਹੁੰਦਾ ਤੇਰੇ ਬਾਰੇ ਗੱਲ ਕਰਦਾ ਸਿੱਧੂ ਨੂੰ ਬਾਈ ਨੂੰ ਕਿਤੇ ਲੱਗਿਆ ਹੋਣਾ ਵੀ ਇਹ ਕਹੂਗਾ ਆ ਜਾ ਭਾਈ ਮੈਂ ਕਰਾਂ ਤੇ ਮੈਂ ਕਰਾਂ ਮੈਂ ਕਹੋ ਵੀ ਨਹੀਂ ਬੋਲਿਆ ਸਿੱਧੂ ਨੂੰ ਮੈਂ 2019 ਸਰੀ ਸਿੱਧੂ ਨੇ ਆਵਾਜ਼ ਕਮ ਤੋਂ ਆਲਫ ਹੋ ਕੇ ਸਟੂਡੀਓ ਚ ਬੈਠਾ ਸੀਗਾ ਮੈਂ ਪਿਕਚਰ ਦੇਸ ਮੇਰਾ ਟਰੈਕ ਸੀਗਾ ਉਹਨੂੰ ਮਾਸਟਰ ਕਰਵਾਈ ਜਾਂਦਾ ਸੀ ਮੇਰੇ ਸੌਸ ਸੌਸ ਲੱਗੀ ਹੋਈ ਸੀ ਸਾਰੇ ਲੋਰ ਲੋਰ ਤੇ ਸਾਰੇ ਉੱਤੇ ਕਰ ਹਨਾ ਗਿਆ ਗਿਲਰੋਂਤੇ ਵਾਲਾ ਬਾਈ ਕੋਲੋਂ ਦੀ ਨਿਕਲਿਆ ਹੋਰ ਦੋ ਤਾਂ ਵੱਡੇ ਦਿਗੇ ਜੇ ਨਿਕਲੇ ਹਨਾ ਕੋਲੋਂ ਦੀ ਉਹਨਾਂ ਨੇ ਪਰੇਸ਼ਾਨਿਆ ਨਹੀਂ ਮੈਨੂੰ ਜਦੋਂ ਮੈਂ ਅੰਦਰ ਗਿਆ ਮੇਰਾ ਗਾਣਾ ਚੱਲੀ ਜਾਂਦੇਗਾ ਘਰ ਦੇ ਵਿੱਚ ਜਿੱਥੇ ਬਾਈ ਦੀ ਸ਼ੂਟ ਚੱਲਦਾ ਸੀਗਾ ਸਰੀ ਦੇ ਵਿੱਚ ਕਿਤੇ ਹਨਾ ਯਸ ਐਮ ਸਟੂਡੈਂਟ ਹਾਂਜੀ ਉਹਦਾ ਸ਼ੂਟ ਚੱਲਦਾ ਹੀਗਾ ਲੈ ਰਾਈਟ ਹੈਂਡ ਸਾਈਡ ਤੇ ਸਤੂ ਬੈਠਾ ਸਿੱਧੂ ਨੇ ਮੈਨਾਂ ਅੱਖ ਚੱਕ ਪਾਈ ਤੇ ਪੂਰੇ ਕਮਰੇ ਚ ਕੱਲਾ ਸਿੱਧੂ ਨੇ ਮੈਨੂੰ ਪਛਾਣਿਆ ਤੇ ਕਾਰਟਿਸਟ ਨੇ ਆਰਟਿਸਟ ਨੇ ਪਛਾਣਿਆ ਹਾਂਜੀ ਤੇ ਬਿਕ ਰਿਸਪੈਕਟ ਟੂ ਹਿਮ ਉਹਨੂੰ ਕੋਈ ਸੰਗ ਸੁੰਗ ਨਹੀਂ ਕੀਤੀ ਉਹਨੇ ਪਹਿਲਾਂ ਮੈਰੇ ਐਹ ਦੇਖਿਆ ਫਿਰ ਆਕੇ ਮੈਨੂੰ ਜੋਫੀ ਪਾਲੀ ਕਰਾ ਤੇ ਫਿਰ ਸਾਰੇ ਆਗੇ ਫਿਰ ਸਾਰੇ ਆਗੇ ਉਹ ਪ੍ਰਾਤ ਤੇਰੇ ਗਾਣੇ ਸੁਣਿਆ ਹਾਂ ਸਿੱਧੂ ਦੱਸਦਾ ਹੁੰਦਾ ਤੇਰੇ ਬਾਰੇ ਗੱਲ ਕਰਦਾ ਹੁੰਦਾ ਮਾਤਾ ਵੀ ਆਈ ਸੀਗੀ ਸਿੱਧੂ ਦੀ ਮੰਮ ਵੱਜਦੇ ਐ ਐਂਡ ਉਹਨਾਂ ਨੇ ਵੀ ਪਿਆਰ ਦਿੱਤਾ ਹਰ ਬੈਠੇ ਉੱਥੇ ਤੇ ਸਿੱਧੂ ਨੇ ਹਾਲ ਸਕੂਲ ਪਲੇ ਕੀਤਾ ਹੋਰ ਵੀ ਬਥੇਰੇ ਗਾਣੇ ਪਲੇ ਕੀਤੇ ਮੈਂ ਪੰਜਾਬੀ ਗਾਣੇ ਉਦੋਂ ਵੀ ਨਹੀਂ ਸੁਣਦਾ ਸੀ ਮੈਂ ਵਰਕ ਪਰਮਿਟ ਦਾ ਪੰਜਾਬੀ ਗਾਣੇ ਸੁਣਨੋਂ ਹਟ ਗਿਆ ਸੀਗਾ ਮੇਰਾ ਪਹਿਲਾਂ ਵੀ ਕੋਈ ਐਡਾ ਫੇਵਰਿਟ ਨਹੀਂ ਸੀ ਬਟ ਹੱਸੇ ਦੋਨੋਂ ਤਾਂ ਸੁਣੀ ਲਈ ਸੁਣਦਾ ਸੀਗਾ ਉਹ ਹੁਣ ਵੀ ਸੁਣਦਾ ਮੈਂਡੋ ਐ એનર્ਜੀ ਬੂਸਟਰ ਐ ਹੈਨਾ ਆ ਕੀ ਕਹਿੰਦੇ ਆ ਮਾਤਾ ਨੇ ਪਿਆਰ ਦਿੱਤੇ ਮਤਲਬ ਸਿੱਧੂ ਆਕੇ ਸਾਡੀ ਗੱਡੀ ਚ ਬਹਿ ਗਿਆ ਫਿਰ ਮੈਂ ਕਿਹਾ ਭਾਈ ਆ ਜਾ ਗੱਡੀ ਚ ਬਹਿ ਜਾ ਸਿੱਧੂ ਆਕੇ ਸਾਡੀ ਗੱਡੀ ਚ ਬਹਿ ਗਿਆ ਗੱਡੀ ਚ ਗੱਲਾਂ ਗੁੱਲਾਂ ਚੱਲਦੇ ਮੈਂ ਉਹਨੂੰ ਪਿਕਚਰ ਦੇ ਸੁਣਾਇਆ ਹੁਣ ਦੋ ਤਿੰਨ ਸਟੈਕਸ ਸੁਣਾਇਆ ਦੋ ਦੋ ਤਨ ਪਰੰਦਾ ਸੁਣਾਇ ਪਰੰਦੇ ਦਾ ਰਫ ਘਟ ਸੁਣਾਇ ਤਿੰਨ ਗਾਣੇ ਸੁਣਾਇ ਹੈ ਨਾ ਕਹਿੰਦਾ ਕੀ ਬਣਾਉਣਾ ਫਿਰ ਸੁਣਾਇਆ ਮੈਨੂੰ ਸੁਣਾਇਆ ਪਿਕਚਰ ਦਸ ਮੈਨੂੰ ਭੇਜਤਾ ਸਟੈਕ ਉਹਨੂੰ ਭੇਜਤਾ WhatsApp ਤੇ ਤੇ ਕੀ ਕਹਿੰਦੇ ਆ ਹੁਣ ਮੈਨੂੰ 올 ਸਕੂਲ ਸੁਣਾਇਆ ਮੈਂ ਕਿਹਾ ਠੀਕ ਹੈ ਠੀਕ ਹੈ ਤੇ ਕਰਨੇ ਹੁਣੀ ਕੀਰਥ ਹੁਣੀ ਕਹਿਣ ਬਾਬੇ ਉਹ ਗਾਣਾ ਖਰਾ ਯਾਰ ਹਨਾ ਵੀ ਉਹ 올 ਸਕੂਲ ਮੱਤਰਾਂ ਦੀ ਲਾਈਕ ਉੱਤੇ ਮੇਰੇ ਯਾਰ ਦੋਸਤ ਕਹਿੰਦੇ ਲੈ ਕੋ ਗਾਣਾ ਖਰਾ ਮੈਨੂੰ ਤੂੰ ਕਿਵਾਂ ਸੁਣਦਾ ਹੀ ਨਹੀਂ ਉਹਦੀ ਚੀਜ਼ ਬੰਬੈਪ ਤੇ ਮੈਂ ਅੱਜ ਤੱਕ ਰੈਪ ਨਹੀਂ ਕੀਤਾ ਕਦੇ ਵੀ ਅੱਛਾ ਕਲੇਬਾਂ ਤੇ ਰੈਪ ਕੀਤਾ ਹੁਣ ਮੇਰੀ ਐਲਬਮ ਚ ਇੱਕ ਬੰਬੈਪ ਆਫੀਸ਼ੀਅਲ ਆਊਗਾ ਹਨਾ ਤਾਂ ਮੈਨੂੰ ਬੰਬੈ ਵਧੀਆ ਨਹੀਂ ਲੱਗਦਾ ਮੈਂ ਟਰੈਪਸ ਹੁੰਦਾ ਮੈਂ ਮੈਂ ਤਾਂ ਕਹਿੰਦੇ ਵਧੀਆ ਗਾਣਾ ਠੀਕ ਆ ਇਹ ਸਿੱਧੂ ਦਾ ਸਨਾਤਾ ਸਿੱਧੂ ਨੂੰ ਬਾਈ ਨੂੰ ਕਿਤੇ ਲੱਗਿਆ ਹੋਣਾ ਵੀ ਇਹ ਕਹੂਗਾ ਆ ਜਾ ਭਾਈ ਮੈਂ ਕਰਾਂ ਤੇ ਮੈਂ ਕਰਾਂ ਮੈਂ ਕਹੋ ਵੀ ਨਹੀਂ ਬੋਲਿਆ ਲੇਕਿਨ ਮੇਰੇ ਦਿਮਾਗ ਨੇ ਉਹ ਚੀਜ਼ ਕੈਚ ਹੀ ਨਹੀਂ ਕੀਤੀ ਵੀ ਸਿੱਧੂ ਮੈਨੂੰ ਘਾਤੋ ਗਾਣਾ ਸੁਣਾ ਰਿਹਾ ਹਨਾ ਚੱਲ ਭਾਈ ਅਸੀਂ ਘਰੇ ਗਏ ਤੇ ਦੂਜੇ ਦਿਨ ਵੀ ਸੇਮ ਟਾਈਮ ਜੇ ਸੀਗਾ ਸ ਅੱਛਾ ਗਏ ਤੇ ਸਿੱਧੂ ਕਹਿੰਦਾ ਕਰਨੇ ਹੁਣਾਂ ਨੂੰ ਗੱਡੀ ਤੋਂ ਉਤਾਰ ਦੇ ਹੂੰ ਵੀ ਤੂੰ ਕੱਲਾ ਆ ਜਾ ਅੱਛਾ ਮੈਂ ਕਿਹਾ ਭਾਈ ਇਹ ਬੰਦੇ ਨਹੀਂ ਗੱਡੀ ਚ ਉਤਰਨਗੇ ਤੂੰ ਸਾਡੀ ਗੱਡੀ ਚ ਬਹਿਣਾ ਆ ਜਾ ਹਨਾ ਵੀ ਆਪਾਂ ਸਾਰੇ ਬੈਠ ਕੇ ਗੱਲ ਕਰ ਲੈਣੇ ਤੁਸੀਂ ਆਪਣੇ ਦੋਸਤਾਂ ਦੀ ਗੱਲ ਕਰ ਰਹੇ ਹੋ ਹਾਂਜੀ ਸਾਡੇ ਕੋਲ ਟਰੱਕ ਸੀਗਾ ਸ਼ਵਲੇਟ ਦਾ ਆਹੀ ਦੋਸਤ ਨੇ ਜਿਹੜੇ ਮੂਰੇ ਬੈਠੇ ਤੇ ਸਿੱਧੂ ਅਸੀਂ ਮੂਰੇ ਬਿਠਾ ਲਿਆ ਤੇ ਬਾਕੀ ਕਰਨਾ ਕੀ ਤੇ ਪਿੱਛੇ ਬੈਠ ਗਏ ਸਿੱਧੂ ਕਹਿੰਦਾ ਕਹਿੰਦਾ ਆਪਾਂ ਤੁਹਾਨੂੰ ਸਾਈਨ ਕਰਨਾ ਚਾਹੁੰਦੇ ਆ अच्छा गाना मेरी तेरे ते ਅੱਖ ਸੀਗੀ ਪਹਿਲੇ ਦਿਨੋਂ ਕਿਉਂਕਿ ਜਿਹੜਾ ਮੇਰਾ ਫ੍ਰੀ ਸਟਾਈਲ ਪਾਇਆ ਸੀ ਨਾ ਉਹ ਸਿੱਧੂ ਨੇ ਸ਼ੇਅਰ ਕੀਤਾ ਸੀਗਾ ਲੱਗਿਆ ਸਮ ਸਟੂਡੈਂਟ ਨਾਟ ਅ ਗੈਂਗਸਟਰ ਲਿਕੇ ਸਿੱਧੂ ਨੇ ਉਹ ਚੀ ਸ਼ੇਅਰ ਕੀਤੀ ਸੀਗੀ ਆਪਣਾ ਤਾਂ ਕੋਈ ਮੇਰਾ ਤਾਂ ਹਜੇ ਤੱਕ ਕੋਈ ਲਿੰਕ ਨਹੀਂ ਇੰਡਸਟਰੀ ਚ ਮੈਨੂੰ ਕੋਈ ਬੰਦਾ ਨਹੀਂ ਜਾਣਦਾ ਮਤਲਬ ਮੇਰੇ ਕੋ ਕੋ ਕਿਸੇ ਦਾ ਨੰਬਰ ਨੰਬਰ ਨਹੀਂ ਮੈਂ ਤਾਂ ਮੂੰਹ ਤੇ ਕਹਿਣਾ ਤੇ ਬਈ ਆ ਪੱਕੇ ਕੁਕੇ ਪਵਾ ਦिए ਆਪਣਾ ਐਡਾ ਸਿਸਟਮ ਨਹੀਂ ਸੀਗਾ ਯਾ ਸਮ ਸਟੂਡੈਂਟ ਨਾ ਟਗੈਂਸਟਰ ਦੋ ਮਹੀਨੇ ਆਡੀਓ ਪਈ ਰਹੀ ਹੈ ਸਾਊਂਡ ਕਲਾਊਡ ਤੇ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਜਦੋਂ ਅਸੀਂ ਫੋਨ ਤੇ ਵੀਡੀਓ ਚੱਕ ਕੇ ਪਾਤੀ ਨੈਟ ਤੇ ਫਿਰ ਸਾਰਿਆਂ ਨੇ ਸ਼ੇਅਰ ਕੀਤੀ ਹਨਾ ਹਾਂ ਬles for that ਤੇ ਕਹਿੰਦਾ ਆਪਾਂ ਤੁਹਾਨੂੰ ਸਾਈਨ ਕਰਨਾ ਕਰਨਾ ਉਹ ਕਰਨਾ ਮੈਂ ਕਿਹਾ ਠੀਕ ਹੈ ਭਾਈ ਲਾਈਕ ਉੱਥੇ ਗੱਲ ਜੀ ਉਹ ਹੋ ਗਈ ਸਿੱਧੂ ਵੈਂਟ ਟੂ ਇੰਡੀਆ ਦੈਨ ਸਿੱਧੂ ਵੈਂਟ ਟੂ ਆਸਟ੍ਰੇਲੀਆ ਟੂ ਜਿੱਥੇ ਇਹਨੇ ਪਿਕਚਰ ডিসਪਲੇ ਕੀਤਾ ਮੇਰਾ ਉਹ ਗਾਣਾ ਹਜੇ ਆਇਆ ਵੀ ਨਹੀਂ ਸੀ ਅੱਛਾ ਉਹਨੇ ਪਲੇ ਕੀਤਾ ਸਟੇਜ ਦੇ ਉੱਤੇ ਓ ਵੰਡਰਫੁਲ ਲਾਈਵ ਦੇ ਵਿੱਚ ਪਲੇ ਕੀਤਾ ਅੱਛਾ ਆਇਆ ਵੀ ਨਹੀਂ ਸੀ ਉਹ ਗਾਣਾ ਹਜੇ ਮੈਂ 4-5 ਮਹੀਨੇ ਬਾਅਦ ਗਾਣਾ ਸਿੱਖਿਆ ਉਹ ਅਗਾ ਅਗਾ ਥਿੰਕਸ ਆਈ ਕੈਨ ਸ਼ੋ ਯੂ ਆਮ ਨਾਟ ਲਾਈਂਗ ਹਨਾ ਤੇ ਮੈਂ ਨਿਊ ਵੈਸਟ ਸਿਕਿਉਰਿਟੀ ਦੀ ਜੌਬ ਤੇ ਖੜਾ ਮਾ ਰਾਤ ਨੂੰ 1:30 ਵਜੇ ਹੋਣਗੇ ਸਿੱਧੂ ਨੇ ਮੈਨੂੰ ਕਾਲ ਲਈ ਮੈਨੂੰ ਕਹਿੰਦਾ ਨਾ ਇਹ ਮੈਨੂੰ ਮੇਲ ਪੇਜ ਤੇ ਸੀਗੀ ਹਮ ਕੰਟਰੈਕਟ ਦੀ ਪਤਾ ਨਹੀਂ ਇਹਨੇ ਪੇਜ ਜੀ ਸੀਗੀ ਸਿੱਧੂ ਨੇ ਪਤਾ ਨਹੀਂ ਸਿੱਧੂ ਦੇ ਪਿੱਛੇ ਟੀਮ ਹਨਾ ਵੱਲੋਂ ਮੈਨੂੰ ਮੇਲ ਆਈ ਤੇ ਸਿੱਧੂ ਨੇ ਮੈਨੂੰ ਕਾਲ ਲਈ ਸਿੱਧੂ ਵਜਨ ਆਸਟ੍ਰੇਲੀਆ ਤੇ ਮੈਨੂੰ ਮੈਨੂੰ ਕਹਿੰਦਾ ਤੇਰੀ ਤੇਰੀ ਮੇਲ ਤੇ ਕੁਛ ਹੈ ਚੈੱਕ ਕਰ ਅੱਛਾ ਤੇ ਮੈਂ ਫੋਨ ਖੋਲਿਆ ਮੈਂ ਕਿਹਾ ਹਾਂਜੀ ਬਾਈ ਆਪਣਾ ਕੰਟਰੈਕਟ ਮਿਲ ਗਿਆ ਮੈਨੂੰ ਕਹਿੰਦਾ ਆਪਣਾ ਨਹੀਂ ਤੇਰਾ ਵਾ ਮੈਂ ਕਿਹਾ ਬਈ ਜੇ ਮੇਰਾ ਮੈਂ ਫਿਰ ਸਾਈਨ ਨਹੀਂ ਕਰਨਾ ਮੈਂ ਕਹਿ ਕੇ ਫੋਨ ਕੱਟਦਾ ਅੱਛਾ ਮੈਂ ਕਹਿ ਕੇ ਫੋਨ ਕੱਟਦਾ ਮੈਂ ਕਿਹਾ ਜੇ ਮੇਰਾ ਨਾ ਕੰਟਰੈਕਟ ਫਿਰ ਮੈਂ ਸਾਈਨ ਨਹੀਂ ਕਰਨਾ ਇਹਦੀ ਕੀ ਵਜ੍ਹਾ ਕਿ ਆਪਣਾ ਕੰਟਰੈਕਟ ਤੇ ਮੇਰਾ ਕੰਟਰੈਕਟ ਤੁਹਾਡੇ ਦਿਮਾਗ ਦੇ ਵਿੱਚ ਇਹਦੇ ਵਿੱਚ ਕੀ ਫਰਕ ਆ ਪਤਾ ਨਹੀਂ ਸਿੱਧੂ ਬਾਈ ਨੂੰ ਲੱਗਿਆ ਹੋਣਾ ਕਿ ਲੈ ਇੱਕ ਮੈਂ ਹੀ ਨਸੀਬ ਦਾ ਸਾਰਾ ਕੁਝ ਕਰ ਸਕਦਾ ਲੱਗਿਆ ਹੋਣਾ ਬਾਈ ਨੂੰ ਹਨਾ ਤੇ ਬਈ ਇਹ ਆਪਣੇ ਘੇਰੇ ਚ ਆ ਸੀ ਇਸ ਟਮੇ ਸਿੱਧੂ ਮੈਨੂੰ ਪਹਿਲੀ ਦਿਨ ਹੀ ਮਿਲ ਕੇ ਕਹਤਾ ਸਿੱਧੂ ਬਾਈ ਕੀ ਸਾਰਿਆਂ ਨੂੰ ਜਿਨ੍ਹਾਂ ਨੂੰ ਮੈਂ ਮਿਲਿਆ ਬਈ ਬਰੋ ਜੇ ਤੁਹਾਨੂੰ ਕਿਤੇ ਵੀ ਲੱਗਦਾ ਵੀ ਤੁਸੀਂ ਈਜ਼ੀਲੀ ਮੈਨੂੰ ਕੰਟਰੋਲ ਕਰ ਲਓਗੇ ਜਾਂ ਈਜ਼ੀਲੀ ਮੈਂ ਬਾਈ ਜੀ ਬਾਈ ਜੀ ਬਾਈ ਜੀ ਕਰਕੇ ਤੁਹਾਡੇ ਪਿੱਛੇ ਪਿੱਛੇ ਤੁਰਿਆ ਫਿਰੂੰ ਹਨਾ ਤੁਹਾਡੇ ਕੋਲ ਹੁਣ ਕਹੂੰਗਾ ਨੱਚ ਤੇ ਬੈਠ ਕੇ ਸ਼ੋਮੀ ਸਮਗਟ ਨਾ ਮੈਂ ਅਪਰੀਸ਼ੀਏਟ ਕਰੂੰਗਾ ਤੁਹਾਡੀ ਪੈਠ ਤੇ ਵੀ ਤੁਹਾਡੇ ਮੂੰਹ ਤੇ ਵੀ ਸੋ ਜਦੋਂ ਫੋਨ ਕੱਟਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਬਾਈ ਦੀਆਂ 5-6 ਕਾਲਾਂ ਆਈਆਂ ਫਿਰ ਮੈਂ ਚੱਕੀਆਂ ਨਹੀਂ ਕਿਉਂਕਿ ਮੈਂ ਵੀ ਮੂਰੋ ਕਹਿੜਾ ਸੀ ਤੇ ਫੇਰ ਅਸੀਂ ਡੇਢ ਤੋਂ ਦੋ ਦਿਨਾਂ ਬਾਅਦ ਗੱਲ ਕੀਤੀ ਤੇ ਮੈਨੂੰ ਕਹਿੰਦਾ ਜਾਨ ਗੁੱਸੇ ਨਾ ਹੋ ਲਾਈਕ ਤੈਨੂੰ ਨਹੀਂ ਪਤਾ ਲੇਕਿ ਮੈਂ ਤੇਰੇ ਬਾਰੇ ਗੁੱਡ ਸੋਚਦਾ ਮੈਂ ਕਰਦਾ ਮੈਂ ਕਿ ਭਾਈ ਮੈਂ ਵੀ ਤੇਰੇ ਬਾਰੇ ਗੁੱਡ ਸੋਚਦਾ ਪਰ ਤੇਰੇ ਕਹਿਣ ਦਾ ਤਰੀਕਾ ਗਲਤ ਸੀ ਹਾਂ ਨਾ ਜੋ ਆਪਣਾ ਕੋਨਟ੍ਰੈਕਟ ਨਹੀਂ ਉੱਥੇ ਸਿੱਧੂ ਮੂਸੇ ਵਾਲਾ ਨਸੀਬ ਨਹੀਂ ਲਿਖਿਆ ਕੱਲਾ ਨਸੀਬ ਲਿਖਿਆ ਤੇ ਉਹ ਸਾਈਨ ਹੋ ਰਿਹਾ ਮੈਂ ਸਿੱਧੂ ਮੂਸੇ ਵਾਲੇ ਦੇ ਲੇਬਲ ਅੰਡਰ ਦੈਨ ਆਈ ਡੋਨਟ ਨੀਡ ਦੈਟ ਥਿੰਗੀ ਮੈਂ ਤਾਂ ਸਿੱਧੂ ਮੂਸੇ ਵਾਲਾ ਨਾਲ ਵੀ ਹੋਵੇ ਮੈਨੂੰ ਤਾਂ ਵੀ ਕੋਈ ਕੰਟਰੈਕਟ ਨਹੀਂ ਚਾਹੀਦਾ ਮੈਂ ਕੰਟਰੈਕਟ 'ਚ ਬੰਨ੍ਹ ਨਹੀਂ ਹੋ ਸਕਦਾ ਕਿਸੇ ਨਾਲ ਇੱਕ ਤਰ੍ਹਾਂ ਦੀ ਫ੍ਰੀडम ਐਜ਼ ਏਨ ਆਰਟਿਸਟ ਬੜੀ ਚੰਗੀ ਲੱਗਦੀ ਏਸੇ ਕਰਕੇ ਉਹ ਦਿੱਤੀ ਕਾਲਿਆਂ ਦੇ ਗਾਣੇ ਨੇ ਲਾਈਕ ਜਦੋਂ ਮੈਂ ਤੁਹਾਨੂੰ ਕਿਹਾ ਮੈਂ ਪੰਜਾਬੀ ਗਾਣੇ ਸੁਣਦਾ ਨਹੀਂ ਸੀ ਉਹਦੇ ਵਿੱਚ ਮੈਂ ਨਿਪਸੀ ਹਸਲ ਸੁਣ ਲੱਗਾ ਟੂਪਾਕ ਸੁਣ ਲੱਗਾ ਉਹ ਟਰੈਕ ਕੀ ਆਲ ਅਬਾਊਟ ਆਹਾ ਫ੍ਰੀडम ਆ ਮੈਂ ਆਪਦਾ ਗਾਣਾ ਜਦੋਂ ਮਰਜ਼ੀ ਬਣਾ ਸਕਦਾ ਮੈਂ 4 ਮਹੀਨੇ ਤੋਂ ਗਾਣਾ ਨਹੀਂ ਹਾਂ ਯਾ ਬਿਲਕੁਲ ਮੈਨੂੰ ਮੈਨੂੰ ਕੋਈ ਪ੍ਰੈਸ਼ਰ ਨਹੀਂ 2 ਮਹੀਨੇ ਗਾਣੇ ਨਾਲ ਸਟਕ ਤਾਂ ਵੀ ਕੋਈ ਪ੍ਰੈਸ਼ਰ ਨਹੀਂ